ਨਹਿਰ 'ਚ ਪੂਜਾ ਦਾ ਸਮਾਨ ਪਾਉਣ ਗਏ ਪਿਓ ਪੁੱਤ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਏ। ਦੇਰ ਸ਼ਾਮ ਤੱਕ ਜਦ ਉਹ ਘਰ ਨਹੀਂ ਪਰਤੇ ਤਾਂ ਪਰਿਵਾਰ ਵਾਲਿਆਂ ਨੂੰ ਚਿੰਤਾ ਹੋਣੀ ਸ਼ੁਰੂ ਹੋ ਗਈ। ਪਿਓ ਪੁੱਤ ਦੀ ਭਾਲ ਦੇ ਲਈ ਪੁਲਿਸ ਅਤੇ NDRF ਦੇ ਵੱਲੋਂ ਸਾਂਝੇ ਤੌਰ 'ਤੇ ਰੈਸਕਿਊ ਓਪਰੇਸ਼ਨ ਚਲਾਇਆ ਗਿਆ। ਖਬਰ ਪਠਾਨਕੋਟ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਚੱਕੀ ਦਰਿਆ 'ਚ ਪੂਜਾ ਦਾ ਸਮਾਨ ਪਾਉਣ ਗਏ ਪਿਓ ਪੁੱਤ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਏ ਅਤੇ ਉਹਨਾਂ ਦੀ ਮੌਤ ਹੋ ਗਈ। ਦੁਪਹਿਰ ਦੇ ਸਮੇਂ ਦੋਵੇਂ ਪਿਓ ਪੁੱਤ ਦਰਿਆ 'ਚ ਪੂਜਾ ਦਾ ਸਮਾਨ ਪਾਉਣ ਗਏ ਸੀ ਅਤੇ ਦੇਰ ਸ਼ਾਮ ਤੱਕ ਜਦ ਉਹ ਘਰ ਨਹੀਂ ਆਏ ਤਾਂ ਪਰਿਵਾਰ ਨੇ ਉਹਨਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਪਰਿਵਾਰ ਦੇ ਜੀ ਜਦ ਦਰਿਆ ਦੇ ਨੇੜੇ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਉਹਨਾਂ ਨੂੰ ਉੱਥੇ ਉਹੀ ਸਕੂਟੀ ਵਿਖਾਈ ਦਿੱਤੀ ਜਿਸ 'ਤੇ ਸਵਾਰ ਹੋ ਕੇ ਦੋਵੇਂ ਪਿਓ ਪੁੱਤ ਦਰਿਆ ਵਿਖੇ ਪਹੁੰਚੇ ਸਨ। ਸਥਾਨਕ ਲੋਕਾਂ ਦੇ ਮੁਤਾਬਿਕ ਦੋਹਾਂ ਪਿਓ ਪੁੱਤ ਦਾ ਪੈਰ ਫਿਸਲ ਗਿਆ ਜਿਸ ਤੋਂ ਬਾਅਦ ਉਹ ਸਿੱਧਾ ਦਰਿਆ ਦੇ ਤੇਜ਼ ਵਹਾਅ ਦੇ ਵਿੱਚ ਡੁੱਬ ਗਏ ਅਤੇ ਉਹਨਾਂ ਦੀ ਮੌਤ ਹੋ ਗਈ। ਪੁਲਿਸ ਅਤੇ NDRF ਦੀ ਟੀਮਾਂ ਦੇ ਵੱਲੋਂ ਰੈਸਕਿਊ ਓਪਰੇਸ਼ਨ ਚਲਾਇਆ ਗਿਆ ਜਿਸ ਦੌਰਾਨ ਉਹਨਾਂ ਨੂੰ ਪਿਓ ਦੀ ਲਾਸ਼ ਤਾਂ ਮਿਲ ਗਈ ਪਰ ਪੁੱਤਰ ਦੀ ਭਾਲ ਹਜੇ ਵੀ ਜਾਰੀ ਹੈ। ਖਬਰ ਪਠਾਨਕੋਟ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਨਹਿਰ 'ਚ ਪੂਜਾ ਦਾ ਸਮਾਨ ਪਾਉਣ ਗਏ ਪਿਓ ਪੁੱਤ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਏ ਅਤੇ ਉਹਨਾਂ ਦੀ ਮੌਤ ਹੋ ਗਈ। ਨਰੇਸ਼ ਕੁਮਾਰ, ਵਾਸੀ ਬਸੰਤ ਕਲੋਨੀ, ਬਿਨੇ ਬਣ ਜਾਂਦੀ ਹੈ, ਸਾਡੇ ਪੜੋਸੀ ਨੇ ਜੀ, ਬਿਲਕੁਲ ਦੁਪਹਿਰ ਨੂੰ ਕਿਤੇ ਘਰ ਆਏ ਕੋਈ ਪੂਜਾ ਸਮੱਗਰੀ ਪਵਾਉਣ ਇੱਥੇ। ਕਾਫੀ ਇੰਤਜ਼ਾਰ ਕਰਨ ਤੋਂ ਬਾਅਦ ਘਰਦਿਆਂ ਨੂੰ ਪਤਾ ਲੱਗ ਇੰਤਜ਼ਾਰ ਕੀਤੀ ਪਰ ਜਦੋਂ ਘਰ ਵਾਪਸ ਨਹੀਂ ਪਰਤੇ ਤਾਂ ਫਿਰ ਉਹਨਾਂ ਨੇ ਪੜਤਾਲ ਚਾਲੂ ਕੀਤੀ। ਸ਼ਾਮ ਨੂੰ ਸਾਰੀ ਕਲੋਨੀ ਵਾਲੇ ਇੱਥੇ ਆ ਕੇ ਦੇਖਿਆ ਸੀ ਅਤੇ ਫਿਰ ਇਤਲਾਹ ਵੀ ਕੀਤੀ ਪੁਲਿਸ ਨੂੰ, ਸਾਰੇ ਮੁੰਨੀ ਘਰ ਕਾਰਵਾਈ ਕੀਤੀ ਜੋ ਵੀ ਹੈਗੀ ਹੈ। ਅਤੇ ਹੁਣ ਸਵੇਰੇ ਵੀ ਇੱਥੇ ਆਏ ਦਾ ਤੁਹਾਡੇ ਸਾਹਮਣੇ ਸਾਰਿਆਂ ਦੇ, ਨਹੀਂ ਪਛਾਣੀ ਕੋਈ ਨਹੀਂ, ਪਛਾਣੀ ਕੋਈ ਨਹੀਂ ਘਰ। ਉੱਥੇ ਘਰੋਂ ਜਦੋਂ ਆਏ ਸੀ ਨਾ ਉਦੋਂ ਉਹ ਤਾਂ ਮੇਰੇ ਕੈਮਰੇ 'ਚ ਸਾਹਮਣੇ ਰਿਕਾਰਡਿੰਗ ਹੋਈ ਦੀ ਹੈ ਜੋ ਘਰ ਤੁਰੇ ਸੀ, ਬੇਟਾ ਵੀ ਨਾਲ ਹੁੰਦੇ ਆਇਆ ਹੁੰਦੇ ਦੋਨਾਂ ਦੇ, ਇਹਨੇ ਕੋਲ ਮੈਂ ਸਕੂਟੀ 'ਤੇ ਸੀ। ਹਾਂ ਸਕੂਟੀ ਸ਼ਾਮ ਨੂੰ ਇੱਥੇ ਲੱਗੀ ਸੀ ਜਦੋਂ ਅਸੀਂ ਆਏ ਸੀ, ਸਕੂਟੀ ਇੱਥੇ ਸੀ। ਦੇਖਣਾ ਕੋਈ ਤਕਰੀਬਨ 2 ਵਜੇ ਘਰੋਂ ਆਏ ਆ, ਕੋਈ ਪੂਜਾ ਦੀ ਸਮੱਗਰੀ ਪਰਵਾਉਣ ਵਾਸਤੇ ਆਏ ਸੀ। ਬਸੰਤ ਕਲੋਨੀ ਬਿਨੇ ਮਹਾਜਨ ਉਹਨਾਂ ਦਾ ਲੜਕਾ ਦੋਨੋਂ ਆਏ ਤੇ ਉਹਦੇ ਬਾਅਦ ਇਹਨਾਂ ਦੇ ਘਰ ਕਾਫੀ ਮਤਲਬ 1-2 ਘੰਟੇ ਬਾਅਦ ਇਹਨਾਂ ਨੂੰ ਪਤਾ ਲੱਗਾ ਵੀ ਉਹ ਵਾਪਸ ਨਹੀਂ ਆ, ਉਹਨਾਂ ਨੇ ਫੋਨ ਫੂਨ ਲਾਇਆ, ਫੋਨ ਬੰਦ ਸੀਗਾ। ਫਿਰ ਜਦੋਂ ਅਸੀਂ ਸਾਰਾ ਮਹੱਲਾ ਤਕਰੀਬਨ ਇੱਥੇ ਆ ਕੇ ਦੇਖਿਆ ਤੇ ਇੱਥੇ ਮਤਲਬ ਇੱਕ ਬੋਡੀ ਦੇਖੀ, ਥੋੜੀ ਜਿਹੀ ਝਲਕ ਪਈ ਪਰ ਉਹ ਬੋਡੀ ਪਾਣੀ ਕਰਕੇ ਅੱਗੇ ਵਹਾਵ ਜਿਹੜਾ ਉਹ ਤੇਜ਼ ਹੋਣ ਕਰਕੇ ਉਹ ਰੁੜ ਗਈ। ਫਿਰ ਉਸ ਤੋਂ ਬਾਅਦ ਲੱਗਿਆ ਕਿ ਉਹਨਾਂ ਦਾ ਪੈਰ ਪੂਰ ਫਿਸਲ ਕੇ ਉਹ ਪਾਣੀ ਦੇ ਵਿੱਚ ਚਲ ਗਿਆ। ਇੱਕ ਬੋਡੀ ਹੁਣ ਅੱਜ ਥੋੜੀ ਦੇਰ ਪਹਿਲਾਂ ਮਿਲ ਗਈ ਆ ਤੇ ਇੱਕ ਦਾ ਅਜੇ ਕੋਈ ਪਤਾ ਨਹੀਂ ਹੈ ਜੀ। ਬਿਨੇ ਮਹਾਜਨ ਦੀ ਮਿਲੀ ਹੈ ਸ਼ਾਇਦ। ਨਹਿਰ 'ਚ ਪੂਜਾ ਦਾ ਸਮਾਨ ਪਾਉਣ ਗਏ ਪਿਓ ਪੁੱਤ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਏ। ਦੇਰ ਸ਼ਾਮ ਤੱਕ ਜਦ ਉਹ ਘਰ ਨਹੀਂ ਪਰਤੇ ਤਾਂ ਪਰਿਵਾਰ ਵਾਲਿਆਂ ਨੂੰ ਚਿੰਤਾ ਹੋਣੀ ਸ਼ੁਰੂ ਹੋ ਗਈ। ਪਿਓ ਪੁੱਤ ਦੀ ਭਾਲ ਦੇ ਲਈ ਪੁਲਿਸ ਅਤੇ NDRF ਦੇ ਵੱਲੋਂ ਸਾਂਝੇ ਤੌਰ 'ਤੇ ਰੈਸਕਿਊ ਓਪਰੇਸ਼ਨ ਚਲਾਇਆ ਗਿਆ। ਖਬਰ ਪਠਾਨਕੋਟ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਚੱਕੀ ਦਰਿਆ 'ਚ ਪੂਜਾ ਦਾ ਸਮਾਨ ਪਾਉਣ ਗਏ ਪਿਓ ਪੁੱਤ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਏ ਅਤੇ ਉਹਨਾਂ ਦੀ ਮੌਤ ਹੋ ਗਈ। ਦੁਪਹਿਰ ਦੇ ਸਮੇਂ ਦੋਵੇਂ ਪਿਓ ਪੁੱਤ ਦਰਿਆ 'ਚ ਪੂਜਾ ਦਾ ਸਮਾਨ ਪਾਉਣ ਗਏ ਸੀ ਅਤੇ ਦੇਰ ਸ਼ਾਮ ਤੱਕ ਜਦ ਉਹ ਘਰ ਨਹੀਂ ਆਏ ਤਾਂ ਪਰਿਵਾਰ ਨੇ ਉਹਨਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਪਰਿਵਾਰ ਦੇ ਜੀ ਜਦ ਦਰਿਆ ਦੇ ਨੇੜੇ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਉਹਨਾਂ ਨੂੰ ਉੱਥੇ ਉਹੀ ਸਕੂਟੀ ਵਿਖਾਈ ਦਿੱਤੀ ਜਿਸ 'ਤੇ ਸਵਾਰ ਹੋ ਕੇ ਦੋਵੇਂ ਪਿਓ ਪੁੱਤ ਦਰਿਆ ਵਿਖੇ ਪਹੁੰਚੇ ਸਨ। ਸਥਾਨਕ ਲੋਕਾਂ ਦੇ ਮੁਤਾਬਿਕ ਦੋਹਾਂ ਪਿਓ ਪੁੱਤ ਦਾ ਪੈਰ ਫਿਸਲ ਗਿਆ ਜਿਸ ਤੋਂ ਬਾਅਦ ਉਹ ਸਿੱਧਾ ਦਰਿਆ ਦੇ ਤੇਜ਼ ਵਹਾਅ ਦੇ ਵਿੱਚ ਡੁੱਬ ਗਏ ਅਤੇ ਉਹਨਾਂ ਦੀ ਮੌਤ ਹੋ ਗਈ।
ਪੁਲਿਸ ਅਤੇ NDRF ਦੀ ਟੀਮਾਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਚਲਾਇਆ ਗਿਆ, ਜਿਸ ਦੌਰਾਨ ਉਹਨਾਂ ਨੂੰ ਪਿਓ ਦੀ ਲਾਸ਼ ਤਾਂ ਮਿਲ ਗਈ ਪਰ ਪੁੱਤਰ ਦੀ ਭਾਲ ਹਜੇ ਵੀ ਜਾਰੀ ਹੈ। ਖਬਰ ਪਠਾਨਕੋਟ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਨਹਿਰ 'ਚ ਪੂਜਾ ਦਾ ਸਮਾਨ ਪਾਉਣ ਗਏ ਪਿਓ ਪੁੱਤ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਏ ਅਤੇ ਉਹਨਾਂ ਦੀ ਮੌਤ ਹੋ ਗਈ। ਨਰੇਸ਼ ਕੁਮਾਰ, ਵਾਸੀ ਬਸੰਤ ਕਲੋਨੀ, ਬਿਨੇ ਬਣ ਜਾਂਦੀ ਹੈ, ਸਾਡੇ ਪੜੋਸੀ ਨੇ ਜੀ, ਬਿਲਕੁਲ ਦੁਪਹਿਰ ਨੂੰ ਕਿਤੇ ਘਰ ਆਏ ਕੁਛ ਪੂਜਾ ਸਮੱਗਰੀ ਪਵਾਉਣ, ਇੱਥੇ ਕਾਫੀ ਇੰਤਜ਼ਾਰ ਕਰਨ ਤੋਂ ਬਾਅਦ ਘਰਦਿਆਂ ਨੂੰ ਪਤਾ ਲੱਗ ਇੰਤਜ਼ਾਰ ਕੀਤੀ, ਪਰ ਜਦੋਂ ਘਰ ਵਾਪਸ ਨਹੀਂ ਪਰਤੇ ਤਾਂ ਫਿਰ ਉਹਨਾਂ ਨੇ ਪੜਤਾਲ ਚਾਲੂ ਕੀਤੀ। ਸ਼ਾਮ ਨੂੰ ਸਾਰੀ ਕਲੋਨੀ ਵਾਲੇ ਇੱਥੇ ਆ ਕੇ ਦੇਖਿਆ ਸੀ ਅਤੇ ਫਿਰ ਇਤਲਾਹ ਵੀ ਕੀਤੀ ਪੁਲਿਸ ਨੂੰ, ਸਾਰੇ ਮੁੰਨੀ ਘਰ ਕਾਰਵਾਈ ਕੀਤੀ ਜੋ ਵੀ ਹੈਗੀ ਹੈ, ਅਤੇ ਹੁਣ ਸਵੇਰੇ ਵੀ ਇੱਥੇ ਆਏ ਨੇ ਤੁਹਾਡੇ ਸਾਹਮਣੇ ਸਾਰਿਆਂ ਦੇ। ਨਹੀਂ ਪਰੇਸ਼ਾਨੀ ਕੋਈ ਨਹੀਂ, ਪਰੇਸ਼ਾਨੀ ਕੋਈ ਨਹੀਂ, ਘਰ ਕੋਈ ਵੀਡੀਓ ਵਗੈਰਾ ਦਿਖਾਈ ਜਾ ਰਹੀ ਤੁਹਾਡੇ ਵੱਲੋਂ ਉਹਨਾਂ ਦੀ? ਉਹ ਤਾਂ ਘਰੋਂ ਜਦੋਂ ਆਏ ਸੀ ਨਾ ਉਦੋਂ ਉਹਦੇ ਮੇਰੇ ਕੈਮਰੇ 'ਚ ਸਾਹਮਣੇ ਰਿਕਾਰਡਿੰਗ ਹੋਈ ਦੀ ਹੈ, ਜੋ ਘਰ ਤੁਰੇ ਸੀ, ਬੇਟਾ ਵੀ ਨਾਲ ਹੁੰਦੇ ਆਇਆ ਹੁੰਦੇ ਦੋਨਾਂ ਦੇ, ਇਹਨੇ ਕੋਲ ਮੈਂ ਸਕੂਟੀ 'ਤੇ ਸੀ। ਹਾਂ ਸਕੂਟੀ ਇੱਥੇ ਲੱਗੀ, ਸਕੂਟੀ ਸ਼ਾਮ ਨੂੰ ਇੱਥੇ ਲੱਗੀ ਸੀ ਜਦੋਂ ਅਸੀਂ ਆਏ ਸੀ, ਸਕੂਟੀ ਇੱਥੇ ਸੀ। ਦੇਖਣਾ ਕੋਈ ਤਕਰੀਬਨ 2 ਵਜੇ ਘਰੋਂ ਆਏ ਆ, ਕੋਈ ਪੂਜਾ ਦੀ ਸਮੱਗਰੀ ਪਰਵਾਉਣ ਵਾਸਤੇ ਆਏ ਸੀ, ਬਸੰਤ ਕਲੋਨੀ ਬਿਨੇ ਮਹਾਜਨ ਉਹਨਾਂ ਦਾ ਲੜਕਾ ਦੋਨੋਂ ਆਏ, ਅਤੇ ਉਹਦੇ ਬਾਅਦ ਇਹਨਾਂ ਦੇ ਘਰ ਕਾਫੀ ਮਤਲਬ 1-2 ਘੰਟੇ ਬਾਅਦ ਇਹਨਾਂ ਨੂੰ ਪਤਾ ਲੱਗਾ ਵੀ ਉਹ ਵਾਪਸ ਨਹੀਂ ਆ, ਉਹਨਾਂ ਨੇ ਫੋਨ ਲਾਇਆ, ਫੋਨ ਬੰਦ ਸੀਗਾ। ਫਿਰ ਜਦੋਂ ਅਸੀਂ ਸਾਰਾ ਮਹੱਲਾ ਤਕਰੀਬਨ ਇੱਥੇ ਆ ਕੇ ਦੇਖਿਆ ਅਤੇ ਇੱਥੇ ਮਤਲਬ ਇੱਕ ਬੋਡੀ ਦੇਖੀ, ਥੋੜ੍ਹੀ ਜਿਹੀ ਝਲਕ ਪਈ, ਪਰ ਉਹ ਬੋਡੀ ਪਾਣੀ ਕਰਕੇ ਅੱਗੇ ਵਹਾਵ ਜਿਹੜਾ ਉਹ ਤੇਜ਼ ਹੋਣ ਕਰਕੇ ਉਹ ਰੁੜ ਗਈ। ਫਿਰ ਉਸ ਤੋਂ ਬਾਅਦ ਲੱਗਿਆ ਕਿ ਉਹਨਾਂ ਦਾ ਪੈਰ ਪੂਰ ਫਿਸਲ ਕੇ ਉਹ ਪਾਣੀ ਦੇ ਵਿੱਚ ਚਲ ਗਿਆ। ਇੱਕ ਬੋਡੀ ਹੁਣ ਅੱਜ ਥੋੜ੍ਹੀ ਦੇਰ ਪਹਿਲਾਂ ਮਿਲ ਗਈ ਆ ਅਤੇ ਇੱਕ ਦਾ ਅਜੇ ਕੋਈ ਪਤਾ ਨਹੀਂ ਹੈ ਜੀ। ਕਿਹਦੀ ਬੋਡੀ ਮਿਲੀ? ਬਿਨੇ ਮਹਾਜਨ ਦੀ ਮਿਲੀ ਸ਼ਾਇਦ। ਕੀ ਕਾਰਨ ਕੀ ਲੱਗਦਾ ਇਸ ਤਰੀਕੇ ਨਾਲ ਹਾਸਾ? ਪੈਰ ਫਿਸਲਣ ਦਾ ਕਾਰਨ ਹੀ ਹੋਇਆ।